ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਰੋਪੜ ਦੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਮਾਮਲੇ ਦੇ ਵਿੱਚ ਅਕਾਲੀ ਦਲ ਨੇ ਮੋੜ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਰਿਵਾਰ ਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਜਿਹੜਾ ਲਿਖਤੀ ਭਰੋਸਾ ਦਿੱਤਾ ਇਹ ਮਹਿਜ਼ ਇੱਕ ਡਰਾਮਾ ਪੱਤਰ ਦੇ ਵਿੱਚ ਫੀਲਡ ਅਫਸਰ ਦੇ ਦਸਖਤ ਕਰਵਾਏ ਗਏ ਤੇ ਨਾ ਹੀ ਕੋਈ ਸਟੈਂਪਲ ਲਗਾਈ ਗਈ ਹੈ ਜਦਕਿ ਚਾਹੀਦਾ ਇਵੇਂ ਸੀ ਕਿ ਮੁੱਖ ਮੰਤਰੀ ਦੇ ਦਫਤਰ ਤੋਂ ਭਰੋਸਾ ਦਿਵਾਇਆ ਜਾਂਦਾ ਤੇ ਸੀਐਮ ਭਗਵੰਤ ਮਾਨ ਇਸ ਦੇ ਉੱਪਰ ਦਸਖਤ ਕਰ ਦੇ ਚਾਰ ਸਾਲ ਦਾ ਬੱਚਾ ਹੈ ਜਦੋਂ ਉਹ 18 ਸਾਲ ਦਾ ਹੋਊਗਾ ਉਸ ਨੂੰ ਨੌਕਰੀ ਦੇ ਦਾਂਗੇ ਕਿਸੇ ਦਾ ਨਾ ਦਫਤਰ ਦੇ ਕੋਈ ਐਵੇਂ ਨਹੀਂ ਕਿ ਚੀਫ ਮਿਨਿਸਟਰ ਆਫਿਸ ਜਾਂ ਮੋਰ ਮੁੱਖ ਮੰਤਰੀ ਫੀਲਡ ਅਫਸਰ ਮੈਂ ਤਾਂ ਪਹਿਲੇ ਪੋਸਟ ਦੇਖੀ ਨਹੀਂ ਦੀਪਕ ਕੁਮਾਰ ਕੋ ਫੀਲਡ ਅਫਸਰ ਉਹ ਤੋਂ ਲਿਖਾ ਲੈ ਤੁਸੀਂ ਕੀ ਮਜ਼ਾਕ ਉਡਾਇਆ ਇਹ ਤੁਹਾਨੂੰ ਪੰਜਾਬ ਦੇ ਜਨਤਾ ਨੇ ਵੋਟਾਂ ਪਾਤੀਆਂ ਤੁਸੀਂ ਕਹਿੰਦੇ ਕਿ ਤੁਸੀਂ ਐਨੇ ਧੱਕੇ ਕਰੋਗੇ ਹੁਣ ਕੱਲ ਇੱਕ ਸਾਡੇ ਕਾਲੀ ਲੀਡਰ ਸਾਡੇ ਹਲਕਾ ਦਾ ਬੰਟੀ ਰਮਾਨਾ ਜੀ ਦੇ 2015 ਦੀ ਕਿਸੇ ਨੇ ਵੀਡੀਓ ਪਾਈ 2015 ਦੀ ਲੱਖਾਂ ਲੋਕਾਂ ਕੋਲੇ ਗਈ ਹੈ ਤੇ ਮੈਨੂੰ ਲੱਗੇ ਸਾਰੇ ਤੁਹਾਡੇ ਕੋਲੇ ਵੀ ਗਈ ਹੈ ਤੇ ਤੁਸੀਂ ਅੱਗੇ ਕੀਤੀ ਹੈ ਪੋਸਟ ਅੱਗੇ ਕੀਤੀ ਹੈ ਉਧਰ ਮਜੀਠੀਆ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਝੂਠੀਆਂ ਗਰੰਟੀਆਂ ਦੇ ਕੇ ਸੱਤਾ ਹਾਸਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਫਰੋਡ ਪੰਜਾਬੀਆਂ ਸਾਹਮਣੇ ਹੈ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਤੀ ਨਵਨੀਤ ਕੌਰ ਹਲੇ ਸਿਰਫ 5 ਸਾਲਾਂ ਦੀ ਹੈ ਭਗਵੰਤ ਮਾਨ ਜੀ ਨੇ ਗਰੰਟੀ ਦਿੱਤੀ ਹੈ ਕਿ ਨਵਨੀਤ ਕੌਰ ਨੂੰ ਯੋਗ ਸਮੇਂ ਤੇ ਯੋਗਤਾ ਦੇ ਆਧਾਰ ਤੇ ਟੁਕਮਾ ਰੋਜ਼ਗਾਰ ਦਿੱਤਾ ਜਾਏਗਾ ਇਥੇ ਕਿਹਾ ਮਜੀਠੀਆ ਨੇ ਕਿ ਭਗਵੰਤ ਮਾਨ ਸਾਹਿਬ ਨਵਨੀਤ 13 ਸਾਲਾਂ ਬਾਅਦ 18 ਸਾਲ ਦੀ ਹੋਵੇਗੀ ਉਦੋਂ ਕਿਸ ਦੀ ਸਰਕਾਰ ਹੋਏਗੀ ਕੌਣ ਅਫਸਰ ਹੋਏਗਾ ਪਲਦਾ ਇਥੇ ਵਿਸਾਰ ਨਹੀਂ ਹੈ ਸਜਣਾ ਤੁਸੀਂ ਤਾਂ 13 ਸਾਲਾਂ ਬਾਅਦ ਦੀ ਗਰੰਟੀ ਦੇ ਦਿੱਤੀ ਹੈ ਤੁਹਾਡੀ ਇਹ ਗਰੰਟੀ ਪਰਿਵਾਰ ਤੇ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਫਰੋੜ ਹੈ ਜਿਸ ਲਈ ਪੰਜਾਬੀ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਕੁਲਚਾ ਵਿਵਾਦ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਬਿਨਾਂ ਕਿਸੇ ਦਾ ਨਾਮ ਲੈਂਦੇ ਹੋਏ ਮਜੀਠੀਆ ਤੇ ਤੰਜ ਕੱਸੇ ਤੇ ਕਿਹਾ ਕਿ ਵਿਰੋਧੀਆਂ ਨੂੰ ਹੁਣ ਕੋਈ ਹੋਰ ਮਸਲਾ ਨਹੀਂ ਲੱਭਦਾ ਤਾਂ ਹੁਣ ਕੁਲਚੇ ਛੋਲਿਆਂ ਤੇ ਉਤਰ ਆਏ ਨੇ ਮਾਨ ਨੇ ਕਿਹਾ ਕਿ ਅਕਾਲੀ ਦਲ ਵਰਕੀਆਂ ਪਾਰਟੀਆਂ ਹੁਣ ਕੁਲਚਿਆਂ ਤੇ ਲੜ ਰਹੀਆਂ ਨੇ ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਹੁਣ ਇਹ ਕੁਲਚਿਆਂ ਤੇ ਲੜਨਗੇ ਵਿਕਰਮ ਮਜੀਠੀਆ ਵੱਲੋਂ ਵਿੱਤ ਮੰਤਰੀ ਹਰਪਾਲ ਚਿਮਾ ਕੈਬਨਿਟਰ ਮੰਤਰੀ ਮੀਤ ਹੇਅਰ ਅਮਨ अरोड़ा ਤੇ ਕੁਲਚਾ ਵਿਵਾਦ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸੀ ਘਬਰਾ ਹਟ ਤਾਂ ਸੁਣੀ ਹੋਣੀ ਤੁਸੀਂ ਤਰਫਾ ਹਟ ਦੇਖੋ ਇਹਨਾਂ ਦੀ ਹੁਣ ਕੋਈ ਹੋਜੀਆਂ ਗੱਲਾਂ ਤੇ ਆ ਕੇ ਕੁਲਚੇ ਛੋਲਿਆਂ ਤੇ ਉਤਰੇ ਹੁਣ ਇਹ ਦੱਸੋ ਮਤਲਬ ਕਿੱਡੀ ਵੱਡੀ ਪਾਰਟੀ ਸੀ ਅਕਾਲੀ ਦਲ ਕਿੱਡੇ ਵੱਡੇ ਚਾਬੀਆਂ ਦਾ ਮੋਰਚਾ ਕਦੇ ਜੈਤੂ ਦਾ ਮੋਰਚਾ ਕਦੇ ਕੋਈ ਮੋਰਚੇ ਲਾਉਣ ਵਾਲੀ ਪਾਰਟੀ ਕੁਲਚ ਛੋਲਿਆਂ ਤੇ ਆ ਗਏ ਹੁਣ ਸਿੰਘਰਾਂ ਦੀਆਂ ਆਵਾਜ਼ਾਂ ਬਦਲ ਕੇ ਗਾਲਾਂ ਕੱਢਣ ਤੇ ਆ ਗਏ ਕਮਾਲ ਕੁਦਰਤ ਹੈ ਜੀ ਕੁਦਰਤ ਹੈ ਮੈਂ ਉਹੀ ਤਾਂ ਕਹਿਣਾ ਇੰਗਲੈਂਡ ਵਾਲਿਆਂ ਨੂੰ ਅਫਗਾਨਿਸਤਾਨ ਵਾਲਿਆਂ ਨੇ ਹਰਾਤਾ ਇਹ ਵੀ ਜੰਪਰ ਵਿੱਚ ਹੀ ਪਾ ਲਿਓ ਇਹਦੇ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਾਂ ਤੇ ਖਰਚ ਕੀਤੇ ਜਾਂਦੇ ਪੈਸੇ ਤੇ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਮਾਪਦੰਡ ਨਹੀਂ ਹੈ ਮਰਜ਼ੀ ਦੇ ਨਾਲ মিডিਆ ਹਾਊਸ ਨੂੰ ਪੈਸੇ ਵੰਡੇ ਜਾ ਰਹੇ ਨੇ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਹੈ ਤੇ ਉਸ ਹਿਸਾਬ ਦੇ ਨਾਲ ਵੀ ਜਿਹੜਾ ਚੈਨਲ ਫਿੱਟ ਬੈਂਦਾ ਉਸ ਨੂੰ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ ਪਰ ਮਾਨ ਸਰਕਾਰ ਇਸਦੇ ਉਲਟ ਚੱਲ ਰਹੀ ਹੈ ਜਿਹੜੀ ਸਰਕਾਰ ਖਿਲਾਫ ਖਬਰ ਨਸ਼ਰ ਕਰਦਾ ਉਸ ਨੂੰ ਕੋਈ ਪੈਸਾ ਨਹੀਂ ਮਿਲਦਾ ਸੁਖਬੀਰ ਬਾਦਲ ਨੇ ਪਬਲਿਕ ਰਿਲੇਸ਼ਨ ਵਿਭਾਗ ਦੇ ਤਿੰਨ ਅਫਸਰਾਂ ਦਾ ਨਾਮ ਲੈ ਕੇ ਉਹਨਾਂ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਵੀ ਅਸੀਂ ਕਰਾਂਗੇ ਤੇ ਇਨਕੁਆਇਰੀ ਦੇ ਵਿੱਚ ਤੁਸੀਂ ਫਸੋਗੇ। ਇਹਨਾਂ ਨੂੰ ਦੱਸਣਾ ਚਾਹਣਾ ਹੈ ਖਾਸ ਕਰਕੇ ਸੈਕਟਰੀ ਪਬਲਿਕ ਰਿਲੇਸ਼ਨ ਨੂੰ ਹਰ ਮਲਵਿੰਦਰ ਜੱਗੀ ਜੀ ਨੂੰ ਤੇ ਡਾਇਰੈਕਟਰ ਭੁਪਿੰਦਰ ਸਿੰਘ ਜੀ ਨੂੰ ਤੁਹਾਡੇ ਦਸਕਤ ਕਰਾਈ ਜਾਂਦੇ ਆ। ਤੁਹਾਡੇ ਦਸਕਰਾ ਨਹੀਂ ਕਰੋੜਾ ਰੁਪਏ ਇਲੀਗਲੀ ਭੇਜੀ ਜਾਂਦੇ ਆ। ਮੈਂ ਇਹਨਾਂ ਨੂੰ ਬੇਨਤੀ ਕਰਨਾ ਦਸਕਤ ਕਰਨੇ ਬੰਦ ਕਰੋ ਲੀਗਲੀ ਕੰਮ ਕਰੋ ਨਹੀਂ ਤਾਂ ਜਦੋਂ ਅਨਕੁਆਰੀਆਂ ਹੋਈਆਂ ਸਭ ਤੋਂ ਪਹਿਲੇ ਆ ਫੜੇ ਜਾਣਗੇ ਕੋਈ ਜਸਟੀਫਿਕੇਸ਼ਨ ਹੀ ਹੈ ਨਹੀਂ ਇੱਕ ਚੈਨਲ ਨੂੰ 40 ਕਰੋੜ ਦੇ ਦਿਓ ਇੱਕ ਨੂੰ 5 ਕਰੋੜ ਦੇ ਦਿਓ ਜਿਹੜਾ ਤੁਹਾਡੇ ਹੱਕ ਚ ਬੋਲਦਾ ਉਹਨੂੰ 3 ਤੋਂ 10 ਕਰੋੜ ਦੇ ਦਿਓ ਜਿਹੜਾ ਨਹੀਂ ਬੋਲਦਾ ਉਹਦਾ ਕੱਟ ਦਿਓ ਇਹ ਗਾਮਣ ਦੀ ਪਾਲਿਸੀ ਹੁੰਦੀ ਹੈ ਕਿਹਨੂੰ ਕਿੰਨਾ ਦੇ ਸਕਦਾ ਕਿਸ ਬੇਸਿਸ ਤੇ ਦੇਸੇ ਦਾ ਕ੍ਰਾਈਟੇਰੀਆ ਹੁੰਦਾ ਹੈ ਇੱਥੇ ਕੋਈ ਕ੍ਰਾਈਟੇਰੀਆ ਨਹੀਂ ਕੱਲਾ ਕ੍ਰਾਈਟੇਰੀਆ ਹੈ ਜਿਹੜਾ ਉਹਨਾਂ ਦੇ ਹੱਕ 'ਚ ਬੋਲੂਗਾ ਅੱਛਾ ਜੇ ਬਾਈ ਚਾਂਸ ਕਿਸੇ ਅਖਬਾਰ ਨੇ ਟੀਵੀ ਨੇ ਕੋ ਉਹਨਾਂ ਦੇ ਖਿਲਾਫ ਦਿਖਾਤਾ ਕੀ ਕਰਨਗੇ ਉਹਦੇ ਪੈਸੇ ਕੱਟ ਦੰਗੇ ਮੈਂ ਜਿਹੜਾ ਅੱਜ ਭਗਵੰਤ ਮਾਨ ਦੇ ਬੋਲ ਰਿਹਾ ਖਿਲਾਫ ਮੈਂ ਮੈਂ ਦੇਖਣਾ ਚਾਹਣਾ ਕਿਹੜੇ ਟੀਵੀ ਚੋਂ ਉਹ ਦਿਖਾਉਂਦੇ ਆ ਜਿਹੜੇ ਨਹੀਂ ਦਿਖਾਉਂਦੇ ਇਹਦੇ ਮਤਲਬ ਫਿਰ ਵੀ ਉਹ ਪੈਸੇ ਕਰਕੇ ਉਹ ਚੁੱਪ ਬੈਠੇ ਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਮੁਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਖੈਰਾ ਮੌਜੂਦਾ ਸਮੇਂ ਸਾਲ 2015 ਦੇ ਡਰੱਗ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਅੰਦਰ ਬੰਦ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਖੈਰਾ ਨੂੰ ਨਾਬਾ ਜੇਲ੍ਹ ਤੋਂ ਮੁਹਾਲੀ ਲੈ ਕੇ ਪਹੁੰਚੇ ਸੀ ਜਿਸ ਦੌਰਾਨ ਅੱਜ ਖੈਰਾ ਅਤੇ ਦੂਸਰੇ ਮੁਲਜ਼ਮ ਗੁਰਦੇਵ ਸਿੰਘ ਦੇ ਖਿਲਾਫ ਅਦਾਲਤ ਦੇ ਵਿੱਚ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਨਵੰਬਰ ਨੂੰ ਹੋਏਗੀ ਕੇਸ ਦਾ ਟ੍ਰਾਇਲ ਜਿਹੜਾ ਹੈ ਉਹ ਵੀ 17 ਨਵੰਬਰ ਤੋਂ ਸ਼ੁਰੂ ਹੋਏਗਾ 2021 ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਕੇਸ ਦਰਜ ਕਰਦੀ ਹੈ ਤੇ ਇਸ ਤੋਂ ਬਾਅਦ ਇਸਨ ਖੈਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬਾਅਦ ਦੇ ਵਿੱਚ ਖੈਰਾ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਸੁਖਪਾਲ ਖੈਰਾ ਨੇ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਪਾਰਟੀ ਫੰਡ ਇਕੱਠਾ ਕਰਨ ਦੇ ਲਈ ਖੈਰਾ ਵਿਦੇਸ਼ ਗਏ ਸੀ ਇੱਥੇ ਪੰਜਾਬੀਆਂ ਦੇ ਕੋਲੋਂ ਪੈਸਾ ਇਕੱਠਾ ਕੀਤਾ ਗਿਆ ਸੀ ਮਾਮਲੇ ਦੇ ਵਿੱਚ ED ਨੇ ਖੈਰਾ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਜਾਂਚ ਤੋਂ ਸੰਤੁਸ਼ਟ ਨਾ ਹੋਣ ਤੇ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਹੈ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪੰਜਾਬ ਵਿੱਚ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਪੰਜਾਬ ਦੇ ਵਿੱਚ ਦੀਵਾਲੀ ਤੇ 2 ਘੰਟਿਆਂ ਦੇ ਲਈ ਸਿਰਫ ਗ੍ਰੀਨ ਪਟਾਕੇ ਹੀ ਚਲਾਏ ਜਾ ਸਕਣਗੇ ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਕਿਹਾ ਕਿ ਸੁਪਰੀਮ ਕੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਵਰਤਨ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਗ੍ਰੀਨ ਪਟਾਕੇ ਚਲਾਉਣ ਨੂੰ ਉਤਸ਼ਾਹਿਤ ਕਰ ਰਹੀ ਹੈ ਦੀਵਾਲੀ ਦੀ ਰਾਤ ਨੂੰ 8 ਤੋਂ 10 ਵਜੇ ਤੱਕ ਫਿਰ ਗੁਰਪੁਰਬ ਤੜਕੇ ਸਵੇਰੇ 4 ਤੋਂ 5 ਵਜੇ ਤੱਕ ਤੇ ਰਾਤ 9 ਤੋਂ 10 ਵਜੇ ਤੱਕ 크리스마ਸ ਮੌਕੇ ਰਾਤ 11:55 ਮਿੰਟ ਤੋਂ 12:30 ਵਜੇ ਤੱਕ ਅਤੇ ਨਵੇਂ ਸਾਲ ਦੇ ਵੀ ਇਹੀ ਸਮਾਂ ਰਾਤ 11:55 ਮਿੰਟ ਤੋਂ 12:30 ਵਜੇ ਤੱਕ ਸਿਰਫ ਗ੍ਰੀਨ ਪਟਾਕ ਹੀ ਚਲਾਈ ਜਾ ਸਕਦੇ ਨੇ ਬੀਜੇਪੀ ਲੀਡਰ ਵਿਜੇ ਸਾਂਪਲਾ ਭਗਵੰਤ ਮਾਨ ਦੀ ਸਰਕਾਰ ਨੂੰ ਪ੍ਰਾਲੀ ਸਾੜਨ ਦੇ ਮੁੱਦੇ ਤੇ ਘੇਰੇ ਨੇ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਸਾਰੇ ਜਾਣਦੀਆਂ ਤਸਵੀਰਾਂ ਨਾਸਾ ਵੱਲੋਂ ਜਾਰੀ ਕੀਤੀਆਂ ਗਈਆਂ ਜਿਸ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕਿ ਲਗਾਤਾਰ ਪ੍ਰਾਲੀ ਸਾੜਨ ਜਿਹੜੀ ਹੈ ਸਾਲੀ ਜਾਰੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਨਹੀਂ ਸੀ ਉਦੋਂ ਉਸ ਸਮੇਂ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਹੁਣ ਸਰਕਾਰ ਚੁੱਪ ਕਿਉਂ ਹੈ ਇਸ ਮੌਕੇ ਹਰਿਆਣਾ ਦੀ ਉਦਾਹਰਣ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸੂਬੇ ਨੇ ਇਸਤੇ 36% ਤੱਕ ਜਿਹੜਾ ਕਾਬੂ ਪਾਇਆ ਹਰਿਆਣਾ ਨੇ ਜੇ ਪਰਾਲੀ ਦੇ ਧੂਏ ਦੇ ਮਾਮਲੇ ਦੇ ਵਿੱਚ ਪੰਜਾਬ ਸਾਬ ਤੋਂ ਅੱਗੇ ਹੈ ਤਾਂ ਉਹਨਾਂ ਨੇ ਇਸ ਨੂੰ ਰੋਕਣ ਦੇ ਲਈ ਕੀ ਯਤਨ ਕੀਤੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ ਵਿੱਚ ਸਥਿਤ 37 ਕੇਂਦਰਾਂ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ 28 ਅਕਤੂਬਰ ਨੂੰ 10 ਲੱਖ ਕਰਮਚਾਰੀਆਂ ਦੀ ਭਰਤੀ ਮੁਹਿੰਮ ਰੋਜ਼ਗਾਰ ਮੇਲਾ ਦੀ ਸ਼ੁਰੂਆਤ ਕਰਨਗੇ ਇਹ ਮੈਗਾ ਇਵੈਂਟ ਪਟਿਆਲਾ ਦੇ ਵਿੱਚ ਵੀ ਹੋਵੇਗਾ ਪਟਿਆਲਾ ਦੇ ਵਿੱਚ ਸਮਾਗਮ ਰੱਖਿਆ ਗਿਆ ਹੈ ਸਮਾਗਮ ਦੇ ਦੌਰਾਨ 51000 ਨਵ ਨਿਯੁਕਤ ਨਿਯੁਕਤੀਆਂ ਨੂੰ ਜਿਹੜੇ ਹੈ ਉਹ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਇਸ ਮੌਕੇ ਇਹਨਾਂ ਨਿਯੁਕਤੀਆਂ ਨੂੰ ਵੀ ਸੰਬੋਧਨ ਕਰਨਗੇ ਇਸ ਮੌਕੇ ਸੋਮ ਪ੍ਰਕਾਸ਼ ਜੋ ਕੇਂਦਰੀ ਰਾਜ ਮੰਤਰੀ ਹੈ ਇਹ ਵੀ ਮੁੱਖ ਮਹਿਮਾਨ ਵਜੋਂ ਇੱਥੇ ਸ਼ਿਰਕਤ ਕਰਨਗੇ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਭਾਰੀ ਵਿਰੋਧ ਵਿਚਾਲੇ ਵੀ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਪ੍ਰਧਾਨ ਮੰਤਰੀ ਦੇ ਤੋਹਫਿਆਂ ਦੀ ਸਰਕਾਰੀ ਬੋਲੀ ਦੇ ਵਿੱਚੋਂ ਹਟਾਇਆ ਨਹੀਂ ਗਿਆ ਹੁਣ ਤੱਕ ਇਸ ਮਾਡਲ ਤੇ 11,11,100 ਦੀ ਬੋਲੀ ਲੱਗ ਚੁੱਕੀ ਹੈ 4 ਦਿਨ ਦਾ ਸਮਾਂ ਬਚਿਆ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ 912 ਸਨਮਾਨਾਂ ਵਿੱਚ 2 ਅਕਤੂਬਰ ਤੋਂ 31 ਅਕਤੂਬਰ ਸ਼ਾਮ 5 ਵਜੇ ਤੱਕ ਹੋਣ ਜਾ ਰਹੀ ਆਨਲਾਈਨ ਨਿਲਾਮੀ ਦੇ ਵਿੱਚ TA0404 ਕੋਡ ਰਾਹੀਂ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਵੀ ਸ਼ਾਮਲ ਕੀਤਾ ਗਿਆ ਇਸ ਮਾਡਲ ਨੂੰ ਨਿਲਾਮ ਨਿਲਾਮੀ ਦੇ ਵਿੱਚੋਂ ਹਟਾਉਣ ਦੀ ਮੰਗ ਤੋਂ ਬਾਅਦ ਨਿਲਾਮੀ ਵਿੱਚ ਰੱਖੇ ਮਾਡਲ ਦੀ ਬੋਲੀ ਕੀਮਤ ਦੇ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੀਮਪਗੰਤ ਮਾਨ ਵੱਲੋਂ 1 ਨਵੰਬਰ ਨੂੰ ਵਿਰੋਧੀ ਪਾਰਟੀਆਂ ਨੂੰ ਪਾਣੀ ਦੇ ਮੁੱਦੇ ਤੇ ਖੁੱਲੀ ਬਹਿਸ ਦੇ ਲਈ ਸੱਦਾ ਦਿੱਤਾ ਗਿਆ ਹੈ ਪਰ ਇਸ ਡਿਬੇਟ ਤੋਂ ਪਹਿਲਾਂ ਹੀ ਕਾਂਗਰਸ ਨੇ ਇੱਕ ਆਪਣਾ ਸੈਮੀਨਾਰ ਸੱਦ ਲਿਆ ਜਾਂ ਇਸ ਨੂੰ ਕਹਿ ਲੋ ਕਿ ਡਿਬੇਟ ਸੱਦ ਲਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਇਸ ਸੈਮੀਨਾਰ ਨੂੰ ਸੱਦਿਆ ਹੋਇਆ ਹੈ ਜਿਸ ਦੇ ਵਿੱਚ ਹਿੱਸਾ ਲੈਣ ਦੇ ਲਈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਐਮਪੀ ਸਿਮਰਜੀਤ ਸਿੰਘ ਮਾਨ, ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਵਿਕਰਮ ਜਿੱਠੀਆ, ਦਿਲਜੀਤ ਸਿੰਘ ਚੀਮਾ ਤੇ ਧਰਮਵੀਰ ਗਾਂਧੀ ਵੀ ਪਹੁੰਚ ਕਾਂਗਰਸ ਦੀ ਇਸ ਡਿਬੇਟ ਦੇ ਵਿੱਚ ਪਾਣੀ 'ਤੇ ਚਰਚਾ ਹੋਈ ਹੈ। 5 ਵਜੇ ਤੱਕ ਦੀਆਂ ਇਨ੍ਹਾਂ ਖਾਸ ਖਬਰਾਂ ਦੇ ਵਿੱਚ ਇਨਾ ਹੀ ਮਿਲਣ ਦੇ ਇਜਾਜ਼ਤ ਧੰਨਵਾਦ।